ਚੀਜ਼ ਮੈਂ ਦੱਸ ਦੇਵਾਂ, ਤਹਿਸੀਲਦਾਰ ਨੂੰ ਨੀ ਪਤਾ ਹੋਏਗਾ ਕਿ ਕਿਸ ਕੰਮ ਵਾਸਤੇ ਬੁਲਾਉਣਾ, ਮੈਂ ਕਿਸ ਕੰਮ ਵਾਸਤੇ ਬੁਲਾਇਆ ਜਾ ਰਿਹਾ। ਲੇਕਿਨ ਇਹ ਜਿਹੜੀ ਗੱਲ ਕੀਤੀ ਗਈ ਹੈ ਐਕਟ ਵੱਲੋਂ ਕੀਤੀ ਗਈ ਇਲੈਕਸ਼ਨ ਸੈੱਲ ਦੇ, ਠੀਕ ਹੈ, ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਇਹ ਸਾਥੀ ਜਿਹੜਾ ਹੈਗਾ ਬਾਕੀ ਸਾਰੇ ਸਾਥੀ ਜੋੜ ਕੇ ਰੱਖੀ ਬੈਠਾ ਹੈਗਾ। ਜਲਾਲਾਬਾਦ ਕੰਮ ਹੋ ਰਿਹਾ, ਅਬੋਹਰ ਕੰਮ ਹੋ ਰਿਹਾ, ਲੇਕਿਨ ਫਾਇਲਗੜ੍ਹ ਐਸਜੀਪੀ ਦਾ ਕੋਈ ਕੰਮ ਨਹੀਂ ਹੋਇਆ। ਮੈਨੂੰ ਇਹ ਪਤਾ ਹੈਗਾ ਕਿ ਕੈਮਰੇ ਜਿਹੜੇ ਹਰ ਪਾਸੇ ਬੀਐਲਓ ਸਾਥੀ ਨੂੰ ਉਤਾਰ ਕੇ ਜਮ੍ਹਾਂ ਕਰਾਏ ਸੀ, ਪਰ ਇਸ ਸਾਥੀ ਨੇ ਸਾਰਿਆਂ ਨੂੰ ਜੋੜ ਕੇ ਆਪਣੇ ਨਾਲ ਇਹ ਕਵਾ ਤੇ ਇਸ ਕੈਮਰੇ ਨਹੀਂ ਉਤਾਰਨੇ। ਇਹਨਾਂ ਦੇ ਹਰ ਕੰਮ ਦਾ ਲੋਕ ਅੜਿੱਕਾ, ਇਹ ਭਾਰਤ ਬੰਦਾ, ਇਸ ਕਰਕੇ ਟਾਰਗੇਟ ਕੀਤਾ ਗਿਆ। ਨਹੀਂ ਕਿ ਇੰਨੀ ਗੱਲ ਦਾ ਕੋਈ ਨੋਟਿਸ ਨਹੀਂ ਬਣਦਾ, ਪਰ ਇਹਨਾਂ ਦੇ ਮਾਇੰਡ ਵਿੱਚ ਉਹ ਗੱਲ ਹੈਗੀ ਸੀ, ਇਸ ਕਰਕੇ ਹੀ ਇਹਨਾਂ ਨੇ ਉਹ ਨੋਟਿਸ ਕਰਵਾਇਆ ਗਿਆ। ਤੇ ਇਹ ਸਾਰੀ ਸ਼ਰਾਰਤ ਮਨਮੋਹਨ ਦੀ ਹੈਗੀ ਹੈ। ਕੀ ਨਾਂ ਤੁਹਾਡਾ? ਮੇਰਾ ਨਾਮ ਮਹਿੰਦਰ ਕੋੜਿਆਂ ਵਾਲੇ। ਅਤੇ ਕੀ ਮਾਮਲਾ ਕੀ ਹੈ ਸਰ? ਚਲਦਾ ਮਾਮਲਾ ਸਰ ਬੀਐਲਓਸ ਦਾ ਹੈਗਾ ਹੈ। ਬੀਐਲਓਸ ਰੱਖੇ ਜਾਂਦੇ ਆ ਡਿਪਾਰਟਮੈਂਟ, ਵੱਖ ਵੱਖ ਡਿਪਾਰਟਮੈਂਟਸ ਤੋਂ ਹੈ ਨਾ, ਡਿਪਿਊਟ ਕਰਕੇ ਚੋਣ ਕਮਿਸ਼ਨ ਵੱਲੋਂ ਦੇ ਡੈਪੂਟੇਸ਼ਨ ਲਗਾ ਕੇ ਇੱਥੇ ਵੋਟਾਂ ਬਣਾਉਣ ਲਈ ਪਿੰਡਾਂ ਦੇ ਬੂਥਾਂ ਦੇ ਉੱਪਰ ਬੂਥ ਲੈਵਲ ਆਫਿਸਰ ਰੱਖੇ ਜਾਂਦੇ ਆ। ਲੇਕਿਨ ਇੱਕ ਤਾਂ ਇਹ ਹੈ ਕਿ ਇਸ ਡਿਪਾਰਟਮੈਂਟ ਦੇ ਚੋਣ ਅਮਲੇ ਦੇ ਤੌਰ 'ਤੇ 90% ਅਧਿਆਪਕ ਹੀ ਬੀਐਲਓ ਰੱਖੇ ਹੋਏ। ਇਹਦੇ ਨਾਲ ਜਿਹੜਾ ਸਾਡਾ ਨੁਕਸਾਨ, ਸਾਡੇ ਬੱਚਿਆਂ ਦਾ ਨੁਕਸਾਨ ਹੁੰਦਾ, ਸਕੂਲਾਂ ਦੇ ਵਿੱਚ 6-6 ਮਹੀਨੇ ਅਧਿਆਪਕ ਜਿਹੜੇ ਚੋਣਾਂ ਦੇ ਦੌਰਾਨ ਬਾਹਰ ਕੱਢ ਲਏ ਜਾਂਦੇ ਆ, ਔਰ ਇਸ ਤੋਂ ਅਲੈਦਾ ਬੀਐਲਓਜ਼ ਨੂੰ ਜਿਹੜਾ ਹੈਗਾ ਬੇਵਜ੍ਹਾ ਹੀ ਪਰੇਸ਼ਾਨ ਕਰੀ ਰੱਖਦਾ ਜਿਹੜੇ ਆਫੀਸਰਸ ਹੈਗੇ ਆ। ਇਸ ਕਰਕੇ ਜੋ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ, ਚਲੋ ਬੀਐਲਓ ਕਰੇਗਾ, ਚਲੋ ਬੀਐਲਓ ਕਰੇਗਾ, ਇਹ ਚਲੋ ਕਰੀ ਜਾਂਦੇ ਆ। ਲੇਕਿਨ ਇਹ ਇਸ ਤੋਂ ਬਾਵਜੂਦ ਵੀ ਜਿਹੜਾ ਨਾ ਇੱਕ ਤਾਨਾਸ਼ਾਹੀ ਰਵੱਈਆ ਸਾਡੇ ਨਾਲ ਇਖਤਿਆਰ ਕਰਦੇ ਆ। ਸਾਡੇ ਜ਼ਿਲ੍ਹਾ ਪ੍ਰਧਾਨ ਭਾਰਤ ਭੂਸ਼ਣ ਜੀ ਨੂੰ ਇੱਥੋਂ ਦੇ ਇੱਕ ਮਨਮੋਹਨ ਹੈਗਾ ਜਿਹੜਾ, ਉਸਨੇ ਫੋਨ ਕਰਿਆ ਕਿ ਤੁਹਾਨੂੰ ਇਹਨਾਂ ਤਹਿਸੀਲਦਾਰ ਬੁਲਾ ਰਹੇ ਆ। ਉਹ ਕਹਿੰਦੇ ਜੀ ਮੈਂ ਹਾਲੇ ਤਾਂ ਸਕੂਲੋਂ ਆ ਰਿਹਾ ਅਤੇ ਅੱਜ ਮੇਰੇ ਫਾਦਰ ਸਾਹਿਬ ਬਿਮਾਰ ਹੈ ਔਰ ਮੈਂ ਆ ਨਹੀਂ ਸਕਦਾ। ਉਸ ਗੱਲ ਦੀ ਉਹ ਗੁੱਸਾ ਮਨਾ ਕੇ ਤਹਿਸੀਲਦਾਰ ਨੂੰ ਕਹਿ ਕੇ ਅਤੇ ਉਹਨਾਂ ਦੇ ਖਿਲਾਫ਼ ਕਾਰਨ ਦੱਸੋ ਨੋਟਿਸ ਕੱਢਤਾ ਕਿ ਤੁਸੀਂ ਇਨਕਾਰ ਕੀਤਾ ਆਉਣ ਤੋਂ, ਜਦਕਿ ਇਸ ਤਰ੍ਹਾਂ ਦੀ ਕੋਈ ਗੱਲ ਹੈ ਨਹੀਂ ਸੀ। ਇਹ ਇੱਕ ਤਾਂ ਮੁੱਦਾ ਇਹ ਹੈ ਵੀ ਉਹ ਕਾਰਨ ਦੱਸੋ ਨੋਟਿਸ ਜਿਹੜਾ ਉਹ ਤਹਿਸੀਲਦਾਰ ਵਾਪਸ ਲਏ, ਪਹਿਲੀ। ਦੂਸਰਾ ਜਿਹੜਾ ਹੈਗਾ ਚੋਣਾਂ ਦੇ ਦੌਰਾਨ ਹਰੇਕ ਬੀਐਲਓ ਨੂੰ 1000 ਰੁਪਏ ਕੈਮਰੇ ਦੀ ਨਿਗਰਾਨੀ ਵਾਸਤੇ ਆਇਆ ਸੀਗਾ। ਇਹ ਜਿਹੜੇ ਹੈ ਪਿਛਲੇ 6 ਜੂਨ ਦੇ ਵਿੱਚ ਚੋਣਾਂ ਹੋਈਆਂ ਸੀਗੀਆਂ, 1 ਜੂਨ, ਅੱਜ ਤੱਕ ਉਹ 1000 ਰੁਪਇਆ ਬੀਐਲਓ ਦੇ ਖਾਤੇ ਵਿੱਚ ਨਹੀਂ ਆਇਆ। ਇਹ ਲੱਪੀ ਬੈਠੇ ਐਸਡੀਐਮ ਦਫ਼ਤਰ ਵਾਲੇ। ਹੋਰ ਵੀ ਜਿਹੜੇ ਮੰਗਾਂ ਮਸਲੇ ਸਾਡੀਆਂ ਹੈਗੀਆਂ ਜਿਨ੍ਹਾਂ ਕਰਕੇ ਅੱਜ ਸਾਨੂੰ ਮਜਬੂਰਨ ਧਰਨਾ ਲੈਣਾ ਪਿਆ,
ਜੀ ਹੁਣ ਕੀ ਮੰਗ ਹੀ ਕਰਦੇ ਹੋ? ਮੰਗ ਇਹ ਕਿ ਇੱਕ ਤੋਂ ਕਾਰਨ ਦੱਸੋ ਨੋਟਿਸ ਜਿਹੜਾ ਕੱਢਿਆ ਉਹ ਵਾਪਸ ਲਿਆ ਜਾਵੇ ਔਰ ਤਹਿਸੀਲਦਾਰ ਇਸ ਗੱਲ ਦੀ ਮਾਫ਼ੀ ਮੰਗੇ ਕਿ ਉਹ ਗਲਤ ਕੀਤਾ, ਦੂਸਰੇ 1000 ਰੁਪਏ ਜਿਹੜੇ ਸਾਡੇ ਖਾਤੇ ਵਿੱਚ ਪਾਏ ਜਾਣ। ਜਿੰਨੇ ਹੀ ਮਾਫ਼ੀ ਮੰਗਦੇ ਤਾਂ ਫਿਰ ਕੀ ਕਰੋ, ਬੈਠੇ ਹਾਂ ਫਿਰ ਇੱਥੇ ਧਰਨਾ ਲਾ ਕੇ। ਅੱਛਾ, ਪੱਕਾ ਧਰਨਾ ਲਾਓਗੇ? ਜੇ ਲਗਾਉਣਾ ਪਿਆ ਤਾਂ ਲਾਵਾਂਗੇ, ਅਸੀਂ ਦੇਖਾਂਗੇ ਗੱਲਬਾਤ, ਜੇ ਨਹੀਂ ਸੱਦਾ ਆਉਂਦਾ ਤਾਂ ਬਿਲਕੁਲ ਗੱਲਬਾਤ ਕਰਾਂਗੇ, ਗੱਲਬਾਤ ਤੋਂ ਪਿੱਛੇ ਨਹੀਂ ਹਟਦੇ। ਲੇਕਿਨ ਜੇ ਇਹ ਆਪਣੀ ਹੱਟ ਫੜਦੇ ਆ ਤਾਂ ਫਿਰ ਜੇ ਲੰਬਾ ਚਲਾਉਣਾ ਪਿਆ। SDM ਸਾਹਿਬ ਤੇ DC ਸਾਹਿਬ ਨਾਲ ਕੋਈ ਗੱਲ ਨਹੀਂ ਹੋਈ ਤੁਹਾਡੇ ਇਸ ਮੁੱਦੇ ਤੇ? SDM ਸਾਹਿਬ ਦਾ ਹੁਣ ਫੋਨ ਆਇਆ, ਅਸੀਂ ਕੱਲ ਧਰਨੇ ਦੀ ਕਾਲ ਦਿੱਤੀ ਸੀਗੀ ਪੂਰਾ ਕੱਲ ਦਾ ਦਿਨ, ਅੱਜ ਦਾ ਦਿਨ 3 ਵਜੇ ਤੱਕ ਸੀਗੇ, ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਸੰਪਰਕ ਨਹੀਂ ਕੀਤਾ ਸਾਡੇ ਨਾਲ। ਲੇਕਿਨ ਹੁਣ ਜਦੋਂ ਅਸੀਂ ਆ ਕੇ ਬੈਠ ਕੇ ਉਦੋਂ ਉਹ ਗੱਲਬਾਤ ਲਈ ਬੁਲਾ ਰਹੇ ਆ, ਅਸੀਂ ਜਾਵਾਂਗੇ ਗੱਲਬਾਤ ਲਈ, ਐਸੀ ਗੱਲ ਨਹੀਂ ਹੈ ਕਿ ਨਹੀਂ ਜਾਵਾਂਗੇ, ਪਰ ਉਹਨਾਂ ਦਾ ਰਵੱਈਆ ਜਿਹੜਾ ਹੈਗਾ ਨਾ ਸਾਡੇ ਪ੍ਰਤੀ ਉਹ ਮਾੜਾ ਹੈਗਾ, ਇਹ ਚਿੰਤਾ ਦਾ ਵਿਸ਼ਾ। ਮੇਰਾ ਨਾਮ ਭਾਰਤ ਭੂਸ਼ਣ ਹੈ ਜੀ। ਕੀ ਮਾਮਲਾ ਕੀ ਹੈ ਸਰ, ਧਰਨਾ ਜਿਹੜਾ ਲਾਇਆ ਅੱਜ ਤੁਸੀਂ? ਮਾਮਲਾ ਇਹ ਹੈ ਕਿ ਤਹਿਸੀਲਦਾਰ ਵੱਲੋਂ ਬੇਲੋੜੇ ਬੇਦਬਾਅ ਬਣਾਉਣ ਵਾਸਤੇ ਬੇਲੋੜੇ ਨੋਟਿਸ ਕੱਢੇ ਜਾਂਦੇ ਨੇ ਬੇਅਦਬ ਸਾਥੀਆਂ ਨੂੰ, ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ, ਉਹਨਾਂ ਨੂੰ ਵਕਤ ਬੇਵਕਤ ਉਹਨਾਂ ਨਾ ਬੇਦਵਾਏ ਸਕੂਲ ਦੀ ਡਿਊਟੀ ਕਰਨ ਤੋਂ ਬਾਵਜੂਦ ਵੀ ਦਫ਼ਤਰ ਬੁਲਾਇਆ ਜਾਂਦਾ ਜੀ, ਬੇਲੋੜੇ ਕੰਮਾਂ ਲਈ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ। ਅਤੇ ਅੱਜ ਜਿਹੜਾ ਧਰਨਾ ਲਾਇਆ ਕਾਰਨ ਕੀ ਹੈ, ਕੀ ਕਾਰਨ ਹੈ? ਕਾਰਨ ਇਹਦੇ 'ਚ ਹੈ ਕਿ ਇਹਨਾਂ ਨੇ ਮੈਨੂੰ ਇੱਕ ਬੇਲੋੜਾ ਨੋਟਿਸ ਕੱਢਿਆ ਗਿਆ ਜਿਸ ਬਾਰੇ ਇਹਨਾਂ ਨੇ ਨਾ ਮੈਨੂੰ ਕੋਈ ਇਨਫੋਰਮੇਸ਼ਨ ਦਿੱਤੀ, ਨਾ ਕੋਈ ਕੰਮ ਬਾਰੇ, ਨਾ ਕੁਝ। ਜਦੋਂ ਇਹਨਾਂ ਨੇ ਮੈਨੂੰ ਟਾਈਮ ਵਿੱਚ ਬੁਲਾਇਆ ਗਿਆ ਤਾਂ ਮੈਂ ਕਿਸੇ ਕੰਮ ਵਿੱਚ ਉਲਝਿਆ ਹੋਇਆ ਸੀ ਅਤੇ ਮੈਂ ਕਿਹਾ ਕਿ ਮੈਂ ਅੱਜ ਨਹੀਂ ਆ ਸਕਦਾ, ਅਤੇ ਇਹਨਾਂ ਨੇ ਉਸੇ 2 ਘੰਟੇ ਬਾਅਦ ਹੀ ਨੋਟਿਸ ਕਰ ਦਿੱਤਾ। ਅੱਛਾ, ਜਦਕਿ ਇਹਨਾਂ ਦਾ ਫਰਜ਼ ਇਹ ਬੰਦਾ ਸੀ ਜੇ ਅੱਜ ਨਹੀਂ ਆ ਸਕਦੇ ਤਾਂ ਕੱਲ੍ਹ ਆਉਣ ਦੁਆਰੇ ਮੈਨੂੰ ਉੱਠਿਆ ਜਾਂਦਾ, ਪਰ ਉਸ ਤੋਂ ਪਹਿਲਾਂ ਹੀ ਇਹਨਾਂ ਨੇ ਉਸੇ 2 ਘੰਟੇ ਦੇ ਅੰਦਰ ਅੰਦਰ ਨੋਟਿਸ ਕਰ ਦਿੱਤਾ ਗਿਆ ਕਿ ਮੈਂ ਇਸ ਦਾ ਸਪਸ਼ਟੀਕਰਨ ਦਿੱਤਾ ਜਾਊ। ਅਤੇ ਫਿਰ ਹੁਣ ਕੀ ਗੱਲ? ਐਸਾ ਇਹ ਜਿਹੜਾ ਹੈਗਾ ਧਰਨਾ ਸਿਰਫ ਉਸ ਵਜ੍ਹਾ ਕਰਕੇ ਨਹੀਂ ਹੈਗਾ, ਇਸ ਤੋਂ ਇਲਾਵਾ ਵੀ ਜਿਹੜੇ ਇਲੈਕਸ਼ਨ ਹੋਏ ਸੀ 2024 ਵਿੱਚ 1 ਜੂਨ ਨੂੰ, ਉਹਦੇ ਵਿੱਚ ਵੀ ਵੈਬਕਾਸਟਿੰਗ ਦਾ BLO ਸਾਥੀਆਂ ਦਾ 1,000 ਰੁਪਇਆ ਆਇਆ ਹੋਇਆ, ਉਹ ਇਹਨਾਂ ਨੇ ਹਜੇ ਤੱਕ ਉਹਨਾਂ ਦੇ ਖਾਤੇ ਟ੍ਰਾਂਸਫਰ ਨਹੀਂ ਕੀਤਾ ਗਿਆ। ਉਹ 212 ਬੂਥ ਨੇ ਅਤੇ 2,12,000 ਦੀ ਰਕਮ ਇਹ SDM ਦਫ਼ਤਰ ਨੱਪੀ ਬੈਠਾ ਗਿਆ। ਤਾਂ ਤੁਸੀਂ ਗੱਲ ਨਹੀਂ ਕੀਤੀ SDM ਸਾਹਿਬ DC ਸਾਹਿਬ ਨਾਲ? SDM ਆਫਿਸ 'ਤੇ ਕਿੰਨੀ ਵਾਰੀ ਗੂਗਲ ਸ਼ੀਟਾਂ ਭਰਵਾ ਚੁੱਕੇ ਨੇ, ਲੇਕਿਨ ਉਸ ਤੋਂ ਬਾਅਦ ਇਹਨਾਂ ਨੇ ਪੇਮੈਂਟ ਅਜੇ ਤੱਕ ਨਹੀਂ ਪਾਈ। ਬਹਾਨਾ ਇਹਨਾਂ ਕੋਲ ਇਹ ਹੁੰਦਾ ਕਿ ਤੁਹਾਡੇ ਸਾਰੇ ਸਾਥੀ ਨੇ ਅਕਾਊਂਟ ਦੀ ਡਿਟੇਲ ਨਹੀਂ ਦਿੱਤੀ ਗਈ, ਅਤੇ ਜਿਨ੍ਹਾਂ ਸਾਥੀ ਨਹੀਂ ਦਿੱਤੀ ਹੈਗੀ ਡਿਟੇਲ ਉਹਨਾਂ ਦੇ ਅਕਾਊਂਟ 'ਚ ਟ੍ਰਾਂਸਫਰ ਕਰੋ ਪੈਸੇ, ਕਿਉਂ ਇੰਨਾ ਪਰੇਸ਼ਾਨ ਕੀਤਾ ਜਾਂਦਾ? ਜਦੋਂ ਕੰਮ ਕਰਵਾਉਣਾ ਹੋਵੇ ਤਾਂ ਰਾਤ ਨੂੰ ਬੁਲਾ ਲੈਂਦੇ ਨੇ, ਲੇਕਿਨ ਜਦੋਂ ਪੈਸੇ ਦੀ ਅਦਾਇਗੀ ਕਰਨ ਵਾਲੀ ਗੱਲ ਹੋਵੇ ਤਾਂ ਉਹ ਤਾਂ ਬਾਕੀ ਸਾਰਿਆਂ ਦੇ ਕੰਮ ਮੈਨੂੰ ਬਹਾਨੇ ਸੋਚਦੇ ਨੇ। ਕਦੋਂ ਲਾਇਆ ਇਹ ਧਰਨਾ? ਅੱਜ ਇਹ ਧਰਨਾ ਅੱਜ 3 ਵਜੇ ਲਾਇਆ ਗਿਆ। ਕਿੰਨੇ ਵਜੇ? 3 ਵਜੇ। ਕਿੰਨੇ ਵਜੇ ਤੱਕ ਚੱਲੇਗਾ ਇਹ? ਇਹ ਧਰਨਾ ਅੱਜ 5 ਵਜੇ ਤੱਕ ਚੱਲੇਗਾ ਜੀ। ਅੱਜ ਇਹ 2 ਘੰਟੇ ਧਰਨਾ ਚੱਲੇਗਾ। ਜੇਕਰ ਤਹਿਸੀਲਦਾਰ ਜਾਂ SDM ਆਫਿਸ ਵੱਲੋਂ ਕਿਸੇ ਨੇ ਕੋਈ ਗੱਲ ਨਾ ਸੁਣੀ ਗਈ ਤਾਂ ਇਹ ਧਰਨਾ ਰੈਗੂਲਰ ਹੀ ਰੋਜ਼ ਇਸ ਤਰ੍ਹਾਂ ਚੱਲੇਗਾ ਜਦੋਂ ਤੱਕ ਸਾਡੀ ਗੱਲਾਂ ਜਾਂ ਮੰਗਾਂ 'ਤੇ ਵਿਚਾਰ ਨਹੀਂ ਕੀਤਾ ਜਾਂਦਾ।